ਗਲੀ 'ਚ ਵੜੀ ਮੁੰਡਿਆਂ ਦੀ ਡਰ, ਗੱਡੀਆਂ ਦੀ ਕੀਤੀ ਭੰਨ ਤੋੜ। ਤਾਂ ਦੱਸ ਦਈਏ ਕਿ ਗਲੀ ਦੇ ਵਿੱਚ ਵੜ ਕੇ ਸ਼ਰੇਆਮ 15 ਤੋਂ 16 ਨੌਜਵਾਨਾਂ ਦੇ ਵੱਲੋਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਹੈ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਨੌਜਵਾਨ ਕੈਦ ਹੁੰਦੇ ਨੇ, ਜਿਸ ਦੇ ਵਿੱਚ ਇਹ ਬਾਈਕ 'ਤੇ ਸਵਾਰ ਹੁੰਦੇ ਨੇ ਅਤੇ ਤੇਜ਼ੀ ਦੇ ਨਾਲ ਇਹ ਗਲੀ ਦੇ ਵਿੱਚ ਵੜਦੇ ਨੇ ਅਤੇ ਤੇਜ਼ ਧਾਰ ਹਥਿਆਰ ਅਤੇ ਬੇਸਬੋਲ ਬੈਟ ਦੇ ਨਾਲ ਇਹਨਾਂ ਦੇ ਵੱਲੋਂ ਗੱਡੀਆਂ 'ਤੇ ਹਮਲਾ ਕੀਤਾ ਗਿਆ, ਜਿਸ ਕਰਕੇ ਇਹਨਾਂ ਦੇ ਵੱਲੋਂ ਭਾਰੀ ਨੁਕਸਾਨ ਕਰ ਦਿੱਤਾ ਗਿਆ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਹੁੱਲੜਬਾਜ਼ ਕੈਦ ਹੋਏ ਨੇ। ਤਾਂ ਦੱਸ ਦਈਏ ਕਿ ਤਸਵੀਰਾਂ ਮੋਹਾਲੀ ਦੇ ਜ਼ੀਰਕਪੁਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਮੁੰਡਿਆਂ ਦੀ ਡਰ ਦੇ ਵੱਲੋਂ ਗਲੀ ਦੇ ਵਿੱਚ ਖੜੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਹੈ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਨੌਜਵਾਨ ਕੈਦ ਹੋਏ ਨੇ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਗਲੀ ਦੇ ਵਿੱਚ ਹੁੱਲੜਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਨੇ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਨੇ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਤਾਂ ਸ਼ਰੇਆਮ ਇਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ, ਜਿੱਥੇ ਤੇਜ਼ ਰਫ਼ਤਾਰ ਦੇ ਨਾਲ ਇਹ ਬਾਈਕ ਦੇ ਵਿੱਚ ਆਉਂਦੇ ਨੇ ਅਤੇ ਬੇਸਬੋਲ ਅਤੇ ਡੰਡਿਆਂ ਦੇ ਨਾਲ ਇਹਨਾਂ ਦੇ ਵੱਲੋਂ ਗਲੀ ਦੇ ਵਿੱਚ ਖੜੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਕੁਛ ਨਾ ਸਾਡੇ 9 ਦੇ ਕਰੀਬ ਕਰੀਬ 8-9 ਬਾਈਕਾਂ ਵਾਲੇ ਆਏ ਸੀਗੇ, ਉਹ ਪੂਰੀ ਕਲੋਨੀ ਦੇ ਵਿੱਚ ਗੇੜਾ ਮਾਰ ਕੇ ਤੇ ਸਾਰੀ ਗੱਡੀਆਂ ਦੇ ਬਾਹਰ ਦੇ ਸ਼ੀਸ਼ੇ ਭੰਨ ਗਏ, ਜਿੱਦਾਂ ਇਹ ਦੇਖੋ ਫਰੰਟ ਤੁਸੀਂ ਦੇਖੋ ਇਹ ਭੰਨ ਗਏ ਤੇ ਹੋਰ ਜਿੰਨੀ ਵੀ ਗੱਡੀਆਂ ਗਲੀ 'ਚ ਖੜੀਆਂ ਸੀਗੀਆਂ ਸਾਰੀਆਂ ਸ਼ੀਸ਼ੇ ਭੰਨ ਗਏ ਹੈਗੇ। 8-9 ਮੋਟਰਸਾਈਕਲ ਸੀਗੇ, ਬੰਦੇ ਸੀਗੇ 12-13, ਉਹਨਾਂ ਦੇ ਹੱਥਾਂ ਦੇ ਬੇਸਵਾਲ ਤੇ ਹਾਕੀ ਵਗੈਰਾ ਸੀ, ਗੱਡੀਆਂ ਦੇ ਮਾਰਦੇ ਹੀ ਲੰਘੇ, ਸ਼ੀਸ਼ੇ ਭੰਨਦੇ ਲੰਘੇ। ਮੇਰੀ ਗੱਡੀ ਖੜੀ ਹੈ ਅੱਗੇ, ਉਹਦਾ ਵੀ ਸ਼ੀਸ਼ਾ ਭੰਨ ਗਏ, 2-3 ਪਿੱਛੇ ਭੰਨ ਗਏ, ਹੋਰ ਪਤਾ ਨੀ ਕਿੰਨੀ ਪੂਰੀ ਐਨ ਗਰਦ ਠਾਲ ਦੇ ਜਾ ਰਹੇ ਸੀਗੇ ਜੀ ਪੂਰੀ। ਕੋਈ ਫੁਟੇਜ ਵਗੈਰਾ ਤੁਹਾਡੇ ਤੱਕ ਪਹੁੰਚੀ ਹੈ? ਸੀਸੀਟੀਵੀ ਕੈਮਰੇ ਜੀ ਦੀ ਫੋਟੋ ਜੀ ਸਾਡੇ ਕੋਲ ਹੈਗੀਆਂ ਜੀ, ਪਰ ਉਹਨਾਂ ਦੇ ਨੰਬਰ ਸ਼ੋਅ ਨਹੀਂ ਹੋ ਰਹੇ। ਹਾਂ, ਮਾਰੀ ਵੀ ਗੱਡੀ ਕੇ ਜੀ ਤੋੜ ਕੇ ਸ਼ੀਸ਼ਾ ਸੁਸਾ, ਉਹਨਾਂ ਪੁੱਛਿਆ ਹੀ ਨਾ ਜੀ ਕਿਆ ਕਰੀ ਜਾਂਦੇ ਹੋ, ਇੰਨੀ ਫਕਰਾਬੰਦੀ ਹੋ ਗਈ ਜੀ, ਪੁੱਛੋ ਹੀ ਨਾ ਜੀ ਗੱਲੀਆਂ, ਮੈਂ ਸਰੇਆਮ ਹੋ ਰਹੀ ਜੀ ਬਦਮਾਸ਼ੀ ਬਸ। ਨੁਕਸਾਨ ਕਰਕੇ ਕੰਪਲੇਂਟ ਵਗੈਰਾ ਜੀ ਤੁਸੀਂ ਕਰਵਾਈ ਜੀ? 100 ਨੰਬਰ ਤੇ ਕੰਪਲੇਂਟ ਕਰੀ ਹੈ ਜੀ ਉਹਨਾਂ ਨੇ, ਜ਼ੀਰਕ ਪਠਾਣੇ ਦਾ ਨੰਬਰ ਦਿਆ, ਕਹਿੰਦੇ ਜੀ ਉਸ ਤੇ ਕਾਲ ਕਰਕੇ ਗੱਲ ਕਰ। 15 ਦਿਨ ਪਹਿਲੇ ਬੈਟਰੀ ਚੋਰੀ ਹੋਈ। ਬੈਟਰੀ ਕਿੱਥੋਂ ਚੋਰੀ ਹੋਈ? 15 ਦਿਨ ਪਹਿਲੇ ਮੇਰੀ ਗੱਡੀ ਸਾਈਡ 'ਚ ਖਲੋਤੀ ਗਲੀ 'ਚ ਨਵੀਂ ਬੈਟਰੀ ਚੋਰੀ ਹੋ ਗਈ, ਗੱਡੀ ਦੇ ਵਿੱਚੋਂ ਕੱਢ ਕੇ, ਗੱਡੀ ਵਿੱਚੋਂ ਕੱਢ ਕੇ ਲੈ ਗਏ 15 ਦਿਨ ਪਹਿਲੇ। ਆਹ ਵੈਗਨਰ ਖਲੋਤੀ ਹੈ ਬਾਬੂ ਜੀ। ਕੂਲਰ ਰਾਤੀ ਇੱਥੇ 9:30 ਵਜੇ ਬੰਦੇ ਆਈ ਮੋਟਰਸਾਈਕਲਾਂ 'ਤੇ, 6 ਮੋਟਰਸਾਈਕਲ ਸੀਗੇ, 10-12 ਬੰਦੇ ਸੀਗੇ ਜੀ, ਉਹ ਵਿੱਚੇ ਉਹਦਾ ਐਕਟੀਵਾ ਵੀ ਦੀ ਮੋਟਰਸਾਈਕਲਾਂ ਦੇ ਸਲੈਂਸਰ ਖੋਲ੍ਹੇ ਹੋਏ ਸੀਗੇ ਅਤੇ ਹੱਥਾਂ 'ਚ ਉਹਨਾਂ ਦੇ ਬੇਸਬਾਲ ਅਤੇ ਹਾਕੀਆਂ ਵਗੈਰਾ ਸੀ। ਉਹ ਗੱਡੀਆਂ ਜਿਹੜੀ ਉਹਨਾਂ ਦੇ ਮੂਹਰੇ ਗੱਡੀ ਦਿਖੀ, ਉਹ ਗੱਡੀਆਂ ਸ਼ੀਸ਼ੇ ਭੰਨਦੇ ਗਏ, ਟੋਟਲ 5 ਗੱਡੀਆਂ ਸ਼ੀਸ਼ੇ ਭੰਨੇ ਆ ਜੀ। ਤੁਹਾਡੀ ਕਿਹੜੀ ਗੱਡੀ ਸੀ? ਸਰ ਮੇਰੀ ਵਰਨਾ ਗੱਡੀ ਸੀਗੀ ਜੀ, ਇੱਥੇ ਹੀ ਖੜ੍ਹੀ ਸੀਗੀ, ਅਤੇ ਕੋਈ ਉਹਨਾਂ ਦੀ ਮੈਨੂੰ ਤਾਂ ਬਦਮਾਸ਼ੀ ਟਾਈਪ ਬੰਦੇ ਲੱਗਦੇ ਆ ਜੀ, ਉਹ ਨਸ਼ਾ ਨੁਸ਼ਾ ਕੀਤਾ ਹੋਇਆ ਹੋਣਾ ਉਹਨਾਂ ਨੇ, ਜਾਂ ਤਾਂ ਜਿਹੜੇ ਜਿਸ ਕੋਈ ਹੈ ਜੀ, ਰੰਜਿਸ਼ ਕੋਈ ਨਹੀਂ ਹੈ ਉਹਨਾਂ ਨਾਲ। ਤੁਹਾਡੀ ਗੱਡੀ ਦਾ ਕਿਹੜਾ ਸ਼ੀਸ਼ਾ ਤੋੜਿਆ ਜੀ? ਮੇਰਾ ਡਰਾਈਵਰ ਸਾਈਡ ਵਾਲਾ ਹੀ ਸ਼ੀਸ਼ਾ ਜੀ। ਸ਼ੀਸ਼ਾ ਤੋੜਤਾ? ਹਾਂ ਜੀ। ਅਤੇ ਕਿਸੇ ਦੇ ਹੱਥ ਨਹੀਂ ਲੱਗੇ ਹੋ ਜਾਂ ਨਿਕਲ ਗਏ? ਨਹੀਂ, ਉਹ ਨਿਕਲ ਗਏ ਜੀ। ਨਿਕਲ ਗਏ? ਹਾਂ ਜੀ। ਇਹਦੀ ਕੋਈ ਸੀਸੀਟੀਵੀ ਫੁਟੇਜ? ਸੀਸੀਟੀਵੀ ਉੱਥੇ ਇੱਕ ਆ ਰਿਹਾ ਸੀਗਾ, ਉਹਦੀ ਕਲੀਅਰ ਨਹੀਂ ਆ ਰਿਹਾ ਜੀ ਫੋਟੋ ਵਗੈਰਾ ਉਹਨਾਂ ਦੀ, ਨਾ ਕੋਈ ਨੰਬਰ ਦਿਖ ਰਿਹਾ ਜੀ ਉਹਨਾਂ। ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ? ਹਾਂ ਜੀ, ਰਾਤੀ ਕਰੀ ਸੀਗੀ ਜੀ। ਅਤੇ ਪੁਲਿਸ ਆਈ ਮੌਕੇ 'ਤੇ ਕਿ ਨਹੀਂ? ਪੁਲਿਸ ਨਹੀਂ ਆਈ, ਆਈ ਸੀ ਜੀ ਮੌਕੇ 'ਤੇ, ਆਈ ਸੀ ਮੌਕੇ 'ਤੇ ਦੇਰ ਰਾਤ ਤੱਕ ਆਈ ਹੈ ਜੀ।